ईद उल फितर ਦੇ ਮੌਕੇ ਕੈਪਟਨ ਅਮਿੰਦਰ ਸਿੰਘ ਮਲੋ ਮਲੇਰਕੋਟਲਾ ਲਈ ਖਾਸ ਐਲਾਨ ਕੀਤੇ ਗਏ ਸਨ ਜਿਸ ਤੋਂ ਬਾਅਦ ਇਹ ਸਾਰੇ ਐਲਾਨ ਇੱਕ ਇੱਕ ਕਰਕੇ ਪੂਰੇ ਵੀ ਕੀਤੇ ਜਾ ਰਹੇ ਨੇ ਉੱਥੇ ਹੀ ਮਲੇਰਕੋਟਲਾ ਵਿੱਚ ਆਖਰੀ ਬੇਗਮਾ ਮੁਨਵਰ ਉਰ ਨੀਸ਼ਾ ਨੇ ਨਵਾਬ ਸਾਹਿਬ ਦੇ ਨਾਤੇ ਮੈਡੀਕਲ ਕਾਲਜ ਬਣਾਉਣ ਨੂੰ ਲੈ ਕੇ ਡੀਸੀ ਮਲੇਰਕੋਟਲਾ ਦਾ ਧੰਨਵਾਦ ਕੀਤਾ ਉੱਥੇ ਡੀਸੀ ਅਮਰਿਤਕੌਰ ਗਿੱਲ ਨੇ ਕਿਹਾ ਕਿ ਉਹਨਾਂ ਨੂੰ ਮਲੇਰਕੋਟਲਾ ਵਿੱਚ ਨੌਕਰੀ ਕਰਨ ਦਾ ਮੌਕਾ ਮਿਲਿਆ ਤੇ ਉਹ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਇਸ ਜ਼ਿਲ੍ਹੇ ਦੇ ਵਿੱਚ ਨਿਭਾਉਣਗੇ ਇਹਨਾਂ ਨੇ ਸੀਐਮ ਸਾਹਿਬ ਨੇ ਜਿਹੜਾ ਮੈਡੀਕਲ ਕਾਲਜ ਆ ਸਭ ਨਾਲੋਂ ਵੱਡਾ ਇਨਫਰਾਸਟ੍ਰਕਚਰ ਇਸ ਏਰੀਏ ਨੂੰ ਦਿੱਤਾ ਜਿਹੜਾ ਉਹਦਾ ਨਾਮ ਹੀ ਉਹਨਾਂ ਦੇ ਨਵਾਬ ਸਾਹਿਬ ਦੇ ਨਾਮ ਤੇ ਕਦੋਂ ਕੋ ਸ਼ੁਰੂ ਹੋ ਜਾਏਗਾ ਕਦੀ ਆ ਉਹਦਾ ਅਸੀਂ ਜਿਹੜਾ ਗਰਾਊਂਡ ਵਰਕ ਆ ਸ਼ੁਰੂ ਕਰ ਲਿਆ ਜੀ ਉਹਦੀ ਜ਼ਮੀਨ ਦਾ ਨਪਾਈ ਨਪੂ ਹੋ ਅਲਰੇਡੀ ਤਹਿਸੀਲਦਾਰ ਨਾਲ ਹੋ ਗਈ ਗੱਲ ਬਸ ਐਂ ਲਿੰਕ ਹੁੰਦਾ ਜਾਊਗਾ ਜੀ ਅੱਗੇ ਜੇਕਰ ਗੱਲ ਕੀਤੀ ਜਾਵੇ ਮਣ ਕੀ ਭਾਈ ਚਾਰ ਖਸਾਂਸ ਦੀ ਜਿਹੜੇ ਨਵਾਬ ਸਾਹਿਬ ਨੇ ਕਿੱਡੀ ਵੱਡੀ ਗੱਲ ਜਿਹੜੀ ਹੈਗੀ ਕਿਉਂਕਿ ਹਾ ਦਾ ਨਾਰਾ ਛੋਟੇ ਸਾਹਿਬ ਜਨ ਦੇ ਹੱਕ ਦੇ ਵਿੱਚ ਮਾਰਿਆ ਸੀ ਤੁਸੀਂ ਫਤਿਹਗੜ੍ਹ ਸਾਹਿਬ ਵੀ ਰਹੇ ਹੋ ਤੇ ਹੁਣ ਫੇਰ ਮਲੇਰਕੋਟਲਾ ਦੀ ਧਰਤੀ ਤੇ ਵੀ ਹਾਂ ਬਹੁਤ ਵੱਡੀ ਗੱਲ ਹੈ ਜੀ ਉਹਨਾਂ ਨੇ ਇਹ ਕਿਹਾ ਸੀਗਾ ਉੱਥੇ ਉਹਨੂੰ ਸੂਬਾ ਸਰਹੰਦ ਨੂੰ ਵੀ ਇਹ ਜਿਹੜਾ ਇਹ ਜੋ ਤੂ ਜ਼ੁਲਮ ਕਰਨ ਲੱਗੇ ਆ ਇਹ ਤਾਂ ਜਿਹੜਾ ਇਸਲਾਮ ਵੀ ਇਹਦੀ ਇਜਾਜ਼ਤ ਨਹੀਂ ਦਿੰਦਾ ਤੇ ਬਟ ਚਲੋ ਉਹ ਤਾਂ ਫਿਰ ਉਸ ਤਰ੍ਹਾਂ ਦਾ ਉਹਦਾ ਮਾਈਂਡ ਸੈਟ ਸੀਗਾ ਜੋ ਵੀ ਹੈ ਬਟ ਇਹਨਾਂ ਦੀ ਤਾਂ ਸਿੱਖ ਕੌਮ ਲਈ ਬੜੀ ਵੱਡੀ ਦੇਣ ਹੈ ਇਸ ਗੱਲ ਦੀ ਅੱਜ ਕਿਸ ਤਰ੍ਹਾਂ ਲੱਗਿਆ ਕਿਹੋ ਜਿਹਾ ਹਾਲਾਤ ਨੇ ਕਿਹੋ ਜੇ ਹੈਗੇ ਬੇਗਮ ਸਾਹਿਬ ਨਹੀਂ ਬਹੁਤ ਅੱਛੇ ਬਿਲਕੁਲ ਠੀਕ ਠਾਕ ਹੈ ਮੈਂ ਮਿਲ ਕੇ ਬੜੀ ਖੁਸ਼ੀ ਹੋਈ ਹੈ ਤੇ ਮੈਂ ਫਿਰ ਵੀ ਆਉਂਦੀ ਰਹੂੰਗੀ ਉਹਨਾਂ ਕੋਲੇ ਹਾਂ ਉਹਨਾਂ ਦੀ ਅੱਛੀ ਸਿਹਤ ਹੈ ਆਮ ਵੈਰੀ ਹੈਪੀ ਇਹ ਲੋਕਾਂ ਲਈ ਇਹ ਮਾਰਗਦਰਸ਼ਨ ਵਾਂਗੂ ਇਹ ਚੀਜ਼ ਉਹ ਮੇਂ ਡਿਵੈਲਪ ਹੋਣੀ ਚਾਹੀਦੀ ਐਂਡ ਸੀਐਮ ਸਾਹਿਬ ਇਸ ਬਾਰੇ ਬੜੇ ਸੈਂਸਿਟਿਵ ਹੈ ਸੋ ਜਿਹੜੀ ਰਿਕੁਆਇਰਡ ਹੈਲਪ ਹੈਗੀ ਆ ਬਿਲਕੁਲ ਕਰਨਗੇ ਤੇ ਇਹਨੂੰ ਅੱਛੇ ਜਿਹੇ ਤਰੀਕੇ ਨਾਲ ਡਵੈਲਪ ਕਰਾਂਗੇ ਹਾਂਜੀ ਬਾਇੰਡ ਬਾਈ ਕਰ ਰਹੇ ਹਾਂ ਕੁਝ ਨੂੰ ਐਡੀਸ਼ਨਲ ਚਾਰਜ ਐਮਡੀਸੀਡੀ ਹੈ ਉਹ ਜਿਹੜਾ ਸੰਗਰੂਰ ਵਾਲੇ ਮਿਸਟਰ ਪੱਤਰਾ ਉਹਨਾਂ ਨੂੰ ਹੀ ਦਿੱਤਾ ਫਿਲਹਾਲ ਉਵੇਂ ਕੰਮ ਚਲਾ ਰਹੇ ਹਾਂ ਸੀ ਸਰਜਨ ਦੇ ਗੱਲ ਆਰਡਰਸ ਹੋ ਗਏ ਸੋ ਦੂਸਰੇ ਆਫਸਰਸ ਵੀ ਆ ਜਾਣਗੇ ਮੇਰੇ ਕੋਲ ਜਿਵੇਂ ਮੇਰੀ ਬ੍ਰਾਂਚਾਂ ਵਗੈਰਾ ਫਿਲਹਾਲ ਮੈਂ ਦੂਜਿਆਂ ਨੂੰ ਐਡੀਸ਼ਨਲ ਚਾਰਜ ਦੇ ਕੇ ਕੰਮ ਚਲਾ ਰਹੀ ਹਾਂ ਆਈ ਮੀਨ ਸ਼ੁਰੂ ਤਾਂ ਕਰਨਾ ਹੀ ਸੋ ਕੋਈ ਪ੍ਰੋਬਲਮ ਨਹੀਂ ਮੈਂ ਬੜੀ ਖੁਸ਼ ਆ ਮੈਨੂੰ ਇਹ ਲੱਗਦਾ ਵੀ ਇਹ ਵੀ ਮੈਨੂੰ ਕੋਈ ਕੁਦਰਤ ਦੀ ਬlesਸਿੰਗ ਹੀ ਆ ਵੀ ਇੱਥੇ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹਾਂਜੀ ਹਾਂ ਬਿਲਕੁਲ ਬਹੁਤ એનਰਜੈਟਿਕ ਫੀਲ ਹੋਇਆ ਦਸਵੇਂ ਪਾਤਸ਼ਾਹ ਦੀ ਜੀ ਕਿੰਨੇ ਕ ਬੰਦਿਆਂ ਨੂੰ ਇਹ ਜਿਹੜੀ ਹੈਗੀ ਹੈ ਬlesਸਿੰਗ ਹੋ ਸਕਦੀ ਆ ਮੈਂ ਡੈਫੀਨਿਟਲੀ ਆਪਦੇ ਆਪ ਨੂੰ ਬlesਸਡ ਸਮਝਦੀ ਇੰਜਾ ਕਾਮੈਡੀ ਕਾਲੇ ਜਿਹੜੇ ਕੰਮ ਕੀਏ ਹਨ ਉਨ੍ਹਾਂ ਸ਼ੁਕਰੀਆ ਅਦਾ ਕਰਦੀ ਹਾਂ ਔਰ ਡੀਸੀ ਸਾਹਿਬ ਦਾ ਵੀ ਸ਼ੁ크ਰੀਆ ਅਦਾ ਕਰਦੀ ਹਾਂ ਉਹ ਮੇਰੀ ਖੈਰੀਅਤ ਪੁੱਜਨੇ ਮੁਬਾਰਕ ਮੰਜ਼ਿਲ ਪਰ ਤਸ਼ਰੀਫ ਲਾਈ ਨੋਬਤ ਨਹੀਂ ਤੋਂ ਮਰੇ ਕੋਲੇ ਨਵਾਬ ਸ਼ੇਰਮੰਦ ਖਾਨ ਸਾਹਿਬ ਦੇ ਨਾਮ ਤੇ ਮੈਡੀਕਲ ਕਾਲਜ ਦਾ ਜੋ ਨਾਮ ਰੱਖਿਆ ਹੈ ਜਦੋਂ ਇੱਥੇ ਸਟੂਡੈਂਟ ਆ ਕੇ ਪੜ੍ਹਿਆ ਕਰਨਗੇ ਤਾਂ ਇਹਨਾਂ ਨੂੰ ਉਹ ਇਤਿਹਾਸ ਜਾਨੂ ਹੋਇਆ ਕਰੂਗਾ ਜਦੋਂ ਛੋਟੇ ਸ਼ਾਹਬਜ਼ਾਦਿਆਂ ਲਈ ਜੋ ਹਾਜ਼ਰ ਨਾਰਾ ਮਾਰਿਆ ਸੀ ਨਵਾਬ ਸਾਹਿਬ ਨੇ ਉਹ ਜਾ ਤਾਜ਼ਾ ਹੋਏਗੀ ਤੇ ਆਪਣੇ ਪਸ਼ੋਕੜ ਨੂੰ ਉਜਾਦ ਕਰਕੇ ਬੜਾ ਫਖਰ ਮਹਿਸੂਸ ਕਰਿਆ ਕਰਨਗੇ ਕੀ ਕਹਾਂਗੇ ਸਰ ਖਾਸ ਕਰਕੇ ਸਿੱਖ ਭਾਈਚਾਰੇ ਚਾਰਾ ਕੀ ਕਹਿ ਰਿਆ ਨਵਾਬ ਸਾਹਿਬ ਔਰੇ ਦੇ ਨਵਾਬ ਦੇ ਪਰਿਵਾਰ ਜੋ ਜੋ ਸਿੱਖ ਭਾਈਚਾਰਾ ਹੈਗਾ ਜੋ ਨਵਾਬ ਸਾਹਿਬ ਦੇ ਬਾਰੇ ਤਾਂ ਇਹਨਾਂ ਦਾ ਇਨਾਸੀ ਮਾਣ ਮਹਿਸੂਸ ਕਰਦੇ ਆ ਕਿ ਇਹਨਾਂ ਨੇ ਗੁਰੂ ਸਾਹਿਬ ਜੀ ਦੇ ਸਤਿਕਾਰਯੋਗ ਛੋਟੇ ਸਾਹਿਬ ਜਦਿਆਂ ਦੇ ਲਈ ਜੋ ਹਾ ਦਾ ਨਾਰਾ ਮਾਰਿਆ ਉਸ ਦਾ ਕੋਈ ਦੇਣ ਨਹੀਂ ਦੇ ਸਕਦਾ ਕਿਉਂਕਿ ਅਸੀਂ ਤਾਂ ਕੁਝ ਵੀ ਨਹੀਂ ਕਰ ਸਕਦੇ ਜੋ ਇਹ ਗੁਰੂ ਸਾਹਿਬ ਦੇ ਸਾਬਜਾਦਿਆਂ ਲਈ ਨਵਾਬ ਸਾਹਿਬ ਨੇ ਹਾਜ਼ਰ ਨਾਰਾ ਮਾਰ ਕੇ ਇੱਕ ਮੁਸਲਮਾਨ ਤੇ ਸਿੱਖ ਭਾਈਚਾਰੇ ਦੀ ਮਿਸਾਲ ਕਾਇਮ ਕਰ ਦਿੱਤੀ ਸੀ ਹਾਂਜੀ ਤੇ ਅਸੀਂ ਤਾਂ ਅੱਜ ਇਹੀ ਕਹਾਂਗੇ ਕਿ ਪਹਿਲੇ ਦਿਨ ਤੋਂ ਹੀ ਜਦੋਂ ਇਹ ਨਾਂ ਰੱਖਿਆ ਗਿਆ ਮੈਡੀਕਲ ਕਾਲਜ ਦਾ ਤੇ ਬੇਗਮ ਸਾਹਿਬ ਉਦੋਂ ਦੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ تھے ਤੇ ਉਹਨਾਂ ਨੇ ਉਦੋਂ ਹੀ ਕਹਿ ਦਿੱਤਾ ਸੀ ਕਿ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਕਿ ਨਵਾਬ ਸ਼ੇਰ ਮੁਹੰਮਦ ਖਾਨ ਦੇ ਨਾਂ ਤੇ ਮੈਡੀਕਲ ਕਾਲਜ ਇੱਥੇ ਨਾ ਟੱਕਿਆ ਗਿਆ ਤੇ ਦੂਸਰੇ ਨੰਬਰ ਤੇ ਮੇ ਲੜਕੀਆਂ ਦਾ ਕਾਲਜ ਤੀਸਰੇ ਬੱਸ ਸਟੈਂਡ ਤੇ ਹੋਰ ਛੋਟੇ بڑے ਕੰਮ तकरीबन ਮਲੇਰ ਕੋਲਾ ਤੱਕ ਹੀ ਰਾਹ ਤੇ ਚੱਲ ਪਿਆ ਕੀ ਕਹੋਗੇ ਕਿੰਨਾ ਕੁ ਜਿਹੜਾ ਹੈਗਾ ਅਨ ਨੌਜਵਾਨਾਂ ਨੂੰ ਫਾਇਦਾ ਹੋਊਗਾ ਤੇ ਨੌਜਵਾਨਾਂ ਨੂੰ ਤਾਂ ਇੰਨਾ ਕੁ ਫਾਇਦਾ ਹੋਏਗਾ ਜਿਸ ਦਾ ਕੋਈ ਠਿਕਾਣਾ ਨਹੀਂ ਹੈ ਕਿਉਂਕਿ ਸਾਡੇ ਜਿਹੜੇ ਸਟੂਡੈਂਟ ਕਾਸ ਕਰਕੇ ਲੜਕੀਆਂ ਬਾਹਰ ਜਾਂਦੀਆਂ ਤੇ ਹੌਸਟਲਾਂ 'ਚ ਰਹਿੰਦੀਆਂ ਜਾਂ ਤੇ ਕੋਈ ਪੇਰੈਂਟਸ ਨੂੰ ਬਹੁਤ ਉਹਨਾਂ ਦਾ ਫਿਕਰ ਰਹਿੰਦਾ ਸੀ ਕਿ ਸਾਡੀ ਲੜਕੀ ਬਾਹਰ ਗਈ ਹੋਈ ਹੈ ਕਿਸ ਹਾਲ 'ਚ ਹੋਏਗੀ ਸਾਡਾ ਲੜਕਾ ਬਾਹਰ ਗਿਆ ਹੋਇਆ ਹੈ ਪਤਾ ਨਹੀਂ ਖਾਣਾ ਖਾ ਲਿਆ ਹੋਊ ਪੇਰੈਂਟਸ ਨੂੰ ਫਿਕਰ ਹੁੰਦੀ ਹੈ ਔਲਾਦ ਦਾ ਤੇ ਉਹ ਉਹਨਾਂ ਦਾ ਫਿਕਰ ਦੂਰ ਹੋ ਗਿਆ ਤੇ ਉਹ এডਿਕੇਸ਼ਨ ਇੱਥੇ ਹੀ ਪ੍ਰਾਪਤ ਕਰਨਗੇ ਮਲੇਰਕੋਲੇ ਚ ਤੇ ਆਪਣੇ ਜਾ ਕੇ ਆਪਣੇ ਘਰ ਵਾਪਸ ਆਇਆ ਕਰਨਗੇ ਤੇ ਉਹਨਾਂ ਨੂੰ ਤਕਰੀਬਨ ਬਹੁਤ ਹੀ ਜ਼ਿਆਦਾ ਫਾਇਦਾ ਹੋਏਗੀ। ਡੀ ਸਾਹਿਬ ਵੀ ਆਏ ਸੀ ਅੱਜ। ਅੱਜ ਜਿਹੜੇ ਡੀਸੀ ਸਾਹਿਬ ਆਏ ਨੇ ਤੇ ਡੀਸੀ ਸਾਹਿਬ ਨੂੰ ਪਤਾ ਲੱਗਾ ਕਿ ਬੇਗਮ ਸਾਹਿਬ ਦੇ ਆ ਕੁਝ ਏਜਡ ਹੋਣ ਦੇ ਨਾਤੇ ਕੁਝ ਉਹਨਾਂ ਨੂੰ ਦੱਸਿਆ ਗਿਆ ਕਿ ਇਸ ਕਰਕੇ ਉਹਨਾਂ ਨੂੰ ਲਿਆਂਦਾ ਨੇ ਤੇ ਉਹ ਅੱਜ ਸਪੈਸ਼ਲ ਉਹਨਾਂ ਨੂੰ ਖੈਰiyat ਪੁੱਛਣ ਉਹਨਾਂ ਦੇ ਰੈਜ਼ਿਡੈਂਸ ਤੇ ਆਏ ਮੁबारक ਮੰਦਲ ਪੈਲੇਸ ਤੇ ਉਹ ਉਹਨਾਂ ਨੇ ਬੇਗਮ ਸਾਹਿਬ ਦੇ ਨਾਲ ਅੱਧਾ ਘੰਟਾ ਗੁਪਤਗੋ ਕੀਤੀ ਤੇ ਗੁਪਤਗੋ ਕਰਨ ਦੇ ਬਾਵਜੂ ਉਹਨਾਂ ਦਾ ਇੰਨਾ ਖੁਸ਼ ਹੋਇਆ ਕਿ ਖੁਸ਼ੀ ਦਾ ਕੋਈ ਉਹਨਾਂ ਦਾ ਠਿਕਾਣਾ ਨਹੀਂ ਰਿਹਾ ਕਿ ਬੇਗਮ ਸਾਹਿਬ ਬਹੁਤ ਹੀ ਤੰਦਰੁਸਤ ਤਰੀਕੇ ਦੇ ਨਾਲ ਬੈਠੇ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਦੂਸਰੀਆਂ ਮਠਿਆਈਆਂ ਬੇਗਮ ਸਾਹਿਬ ਨੇ ਵੰਡੀਆਂ ਤੇ ਉਸ ਦਿਨ ਵੀ ਡੀਸੀ ਸਾਹਿਬ ਦੇ ਆਉਣ ਦੀ ਖੁਸ਼ੀ ਤੇ ਆਰ ਕੈਪਟਨ ਸਾਹਿਬ ਦੇ ਅਨਾਉਂਸ ਕਰਨ ਦੀ ਖੁਸ਼ੀ ਤੇ ਜੋ ਇੱਥੇ ਮੁਵਾਰਕ ਮੰਜ਼ਿਲ ਪਹੁੰਚਦਾ ਕੰਮ ਹੋਣ ਜਾ ਰਿਹਾ ਤੇ ਇਸ ਤੋਂ ਇਲਾਵਾ ਉਹਨਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਮਲੇਰਕੋਟਲਾ ਤੋਂ ਬਿਊਰੋ ਰਿਪੋਰਟ ਬਤੇ ਰਿਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਪੱਪੀ ਟੀਵੀ